ਯੋਗ ਮਾਤਾ ਵੋ ਭੈਣੋ ਬਜ਼ੁਰਗੋ ਨੌਜਵਾਨੋ ਗੱਜ ਕੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਣ ਆਪਾਂ ਗੱਲ ਕਰਨੀ ਆ ਕਾਨੂੰਨਾਂ ਬਾਰੇ ਤਾਂ ਸਾਰਿਆਂ ਨੇ ਆਪਾਂ ਨੂੰ ਸਮਝਾ ਪਾ ਕਿ ਕਾਨੂੰਨ ਆਪਣੇ ਲਈ ਮਾਰੂ ਨੇ। ਹੁਣ ਆਪਾਂ ਗੱਲ ਕਰਦੇ ਆ ਅੱਜ ਦੀ ਰਾਜਨੀਤੀ ਬਾਰੇ ਕਿ ਰਾਜਨੀਤੀ ਚੱਲ ਕਿਵੇਂ ਰਹੀ ਆ। ਰਾਜਨੀਤੀ ਤਾਂ ਆਪਣੇ ਗੁਰੂਆਂ ਨੇ ਵੀ ਕੀਤੀ ਆ, ਉਤਨੇ ਗੱਲ ਤੇ ਮੇਰੀ ਬਹਿਸ ਹੋਣੀ ਸੀ ਨਹੀਂ ਕੀਤੀ। ਮੈਂ ਕਿਹਾ ਮੈਂ ਤੁਹਾਡੀ ਗੱਲ ਨਾਲ ਸਹਿਮਤ ਆ, ਗੁਰੂਆਂ ਨੇ ਰਾਜਨੀਤੀ ਨਹੀਂ ਕੀਤੀ। ਕਿ ਤੁਸੀਂ ਗੁਰੂਆਂ ਦੀ ਸੋਚ ਮੁਤਾਬਿਕ ਚੱਲ ਰਹੇ ਹੋ ਕਿ ਗੁਰੂਆਂ ਨੇ ਜੋ ਆਪਾਂ ਨੂੰ ਸਿਖਾਇਆ ਆਪਾਂ ਉਸ ਦੇ ਹਿਸਾਬ ਨਾਲ ਚੱਲ ਰਹੇ ਹਾਂ? ਉਹ ਕਹਿੰਦਾ ਹਾਂਜੀ ਆਪਾਂ ਚੱਲ ਰਹੇ ਹਾਂ, ਅਸੀਂ ਚੱਲ ਰਹੇ ਹਾਂ। ਮੈਂ ਕਿਹਾ ਬਾਪੂ ਜੀ ਤੁਹਾਡੀ ਉਮਰ ਕਿੰਨੀ ਹੋ ਗਈ? ਉਹ ਕਹਿੰਦੇ ਇੰਨੀ ਉਮਰ ਹੋ ਗਈ ਮੇਰੀ। ਮੈਂ ਕਿਹਾ ਤੁਸੀਂ ਅਕਾਲੀਆਂ ਨੂੰ ਵੀ ਵੋਟ ਪਾਈ ਹੋ, ਤੁਸੀਂ ਕਾਂਗਰਸ ਨੂੰ ਵੀ ਵੋਟ ਪਾਈ ਹੋ? ਕਹਿੰਦੇ ਨਹੀਂ ਮੈਂ ਅਕਾਲੀ ਤੇ ਕਾਂਗਰਸ ਨੂੰ ਨੀ ਵੋਟ ਪਾਈ, ਪਤਾ ਨੀ ਬੰਗਲਾਦੇਸ਼ ਕਿਹੜੀ ਪਾਰਟੀ ਦਾ ਨਾਂ ਲੈਂਦੇ ਸੀ ਉਹਨੂੰ ਵੋਟ ਪਾਈ ਆ। ਮੈਂ ਕਿਹਾ ਮੈਂ ਤੁਹਾਡੇ ਨਾਲ ਸਹਿਮਤ ਆ, ਤੁਸੀਂ ਉਹਨੂੰ ਵੋਟ ਪਾਈ ਆ। ਚਾਹੁੰਦੇ ਜੇ ਤੁਸੀਂ ਉਹਨਾਂ ਗੁਰੂਆਂ ਦੀ ਸੋਚਾਂ ਦੇ ਚੱਲਦੇ, ਆ ਕਹਿੰਦੇ ਜੇ ਆਪਾਂ ਗੁਰੂਆਂ ਦੀ ਸੋਚਾਂ ਦੇ ਚੱਲਦੇ ਇਹ ਤਾਂ ਕਹਿੰਦਾ ਪਿੱਛੇ ਹੀ ਰਹਿ ਜਾਣੇ ਸੀ ਰੇ। ਰਾਜਨੀਤੀ ਕਰਨੀਆਂ ਦਾ ਕਹਿੰਦਾ ਸੱਚੇ ਦਿਲ ਨਾਲ ਕਰੋ। ਜਿਹੜਾ ਰਾਜਨੀਤੀ ਚ ਅੱਜ ਕੱਲ ਆ ਰਿਹਾ ਹੈਗਾ ਉਹ ਤਾਂ ਬਸ ਆਪਣਾ ਖੂਨ ਪੀਣ ਆ ਰਿਹਾ, ਆਪਣੇ ਹੱਥ ਮਾਰਨ ਲਈ ਆ ਰਿਹਾ ਹੈਗਾ। ਤੇ ਹੁਣ ਗੱਲ ਕਰਦੇ ਆ ਆਪਾਂ ਕੈਪਟਨ, ਕੈਪਟਨ ਕਹਿੰਦਾ 144 ਧਾਰਾ ਲੱਗੀ ਹੋਈ ਆ ਕਿ ਦਿੱਲੀ ਵਿਚ ਚਾਰ ਚਾਰ ਬੰਦਿਆਂ ਦੇ ਆਪਾਂ ਜੱਥੇ ਲੈ ਕੇ ਜਾਵਾਂਗੇ। ਕੈਪਟਨ ਤੈਨੂੰ ਮੈਂ ਇੱਕ ਗੱਲ ਦੱਸਦਾ, ਜਿਹੜੀ ਦੇ ਵਿਚ ਅਵਾਰਾ ਕੁੱਤੇ ਨੀ ਫਿਰਦੇ ਹੁੰਦੇ ਆਪਾਂ ਉਹਨਾਂ ਵੱਲ ਧਿਆਨ ਨੀ ਦਿੰਦੇ। ਦਿੱਲੀ ਨੇ ਚਾਰ ਬੰਦਿਆਂ ਤੇ ਨੀ ਕੋਈ ਧਿਆਨ ਨੀ ਦੇਣਾ, ਜਦ ਤੱਕ 4 ਲੱਖ ਬੰਦੇ ਦਾ ਕੱਖ ਨੀ ਦਿੱਲੀ ਜਾਂਦਾ ਤਦ ਤੱਕ ਦਿੱਲੀ ਕੰਪਨੀ ਨੀ। 4 ਲੱਖ ਬੰਦੇ ਦਾ ਕੱਠ ਕਿਵੇਂ ਜਾਊ? ਪੰਜਾਬ ਦੇ ਵਿਚ ਪਿੰਡਾਂ ਦੀ ਗਿਣਤੀ 12,894 ਪਿੰਡ ਨੇ ਪੰਜਾਬ ਦੇ ਵਿਚ। ਜੇ 10-10 ਬੰਦੇ ਇੱਕ ਪਿੰਡੋਂ ਜਾਣਗੇ ਤਾਂ 1,28,994 ਬੰਦਿਆਂ ਦਾ ਕੱਠ ਹੋ ਗਿਆ ਪੰਜਾਬ ਦਿੱਲੀ ਤੇ। ਦਿੱਲੀ ਚ ਕੱਲੇ ਪੰਜਾਬ ਦਾ ਹਿਸਾਬ ਲਾ ਕੇ ਦੇਖੋ, ਇਧਰੋਂ ਯੂਪੀਓ ਵੀ ਆਉਣਾ, ਮਹਾਰਾਸ਼ਟਰ ਤੋਂ ਵੀ ਆਉਣਾ, ਕਿੰਨੀਆਂ ਹੋਰ ਸਟੇਟਾਂ ਤੋਂ ਲੋਕਾਂ ਨੇ ਆਉਣਾ ਗਾ। ਦਿੱਲੀ ਤਾਂ ਕਹਿੰਦਾ ਉਹੀ ਡਰ ਜੂਗੀ ਕੱਠ ਦੇਖ ਕੇ ਬੰਦਿਆਂ ਦਾ। ਦਿੱਲੀ ਤਾਂ ਆਪੇ ਕਹੂਗੀ ਮੈਂ ਕਾਨੂੰਨ ਪਿੱਛੇ ਲੈਣੀਆਂ ਰੱਦ ਕਰਦੀਆਂ, ਤੇ ਇਹ ਕੱਲੇ ਕਾਨੂੰਨ ਰੱਦ ਹੋ ਗਏ ਨਾ ਆਪਣੇ ਫਾਹੇ ਨੀ ਰੁਕ ਜਾਣੇ, ਸਾਨੂੰ ਰੁਜ਼ਗਾਰ ਨੀ ਮਿਲ ਜਾਣੇ, ਫਸਲਾਂ ਦੇ ਭਾਅ ਨੀ ਦੁੱਗਣੇ ਹੋ ਜਾਣੇ। ਆਪਾਂ ਗੱਲ ਪੰਜਾਬ ਨੂੰ ਬਚਾਉਣ ਦੀ ਕਰਨੀ ਆ, ਪੰਜਾਬ ਦੀ ਹੋਂਦ ਬਚਾਉਣ ਦੀ ਕਰਨੀ ਆ। ਸਾਡੇ ਅਰਗਿਆਂ ਨੌਜਵਾਨਾਂ ਨੂੰ ਹਿਸਟਰੀ ਨੀ ਪੜ੍ਹਾਈ ਜਾਂਦੀ, ਸਾਡੇ ਅਰਗੇ ਨੌਜਵਾਨਾਂ ਨੂੰ ਇੰਗਲਿਸ਼ ਚ ਪਾੜਿਆ ਪਿਆ ਬਾਹਰ ਜਾਣ ਲਾਤਾ, ਕਹਿੰਦਾ ਹੋਰ ਸਰਕਾਰਾਂ ਨੇ ਕੁਝ ਨੀ ਕੀਤਾ। ਸਾਨੂੰ ਸਾਡੇ ਗੁਰੂਆਂ ਦੀ ਹਿਸਟਰੀ ਨੀ ਪੜ੍ਹਾਈ, ਸਾਨੂੰ ਹਿਸਟਰੀ ਪੜ੍ਹਾਈ ਆ, ਆਹ ਹਿਟਲਰ ਅਰਗਿਆਂ ਦੀ ਹਿਸਟਰੀ ਪੜ੍ਹਾਈ ਆ, ਜਾਣੂ ਕੇ ਪੜ੍ਹਾਈ। ਤੇ 27.84 ਲੱਖ ਕਰੋੜ ਇਨਕਮ ਆਏ ਭਾਰਤ ਨੂੰ। ਹੁਣ ਮੈਂ ਭਾਰਤ ਨਾਂ ਲਿਆਗਾ, ਤੇ ਇੱਥੇ ਕਈ ਬੁਲਾਰੇ ਨਾ ਹਿੰਦੁਸਤਾਨ ਕਹਿੰਦੇ ਆ, ਇਹ ਹਿੰਦੁਸਤਾਨ ਨੀ ਹੈਗਾ ਇਹ ਭਾਰਤ ਆ। ਆਪਾਂ ਕਹਿੰਦੇ ਆ ਹਿੰਦੂ ਰਾਸ਼ਟਰ ਨੂੰ ਬਣਾਉਣਾ, ਆਪਦੀ ਜ਼ਬਾਨ ਚ ਤਾਂ ਆਪਾਂ ਹਿੰਦੁਸਤਾਨ ਕਹੀ ਜਾਂਦੇ ਆ, ਇਹ ਤਾਂ ਹਿੰਦੂ ਰਾਸ਼ਟਰ ਬਣਾਉਣ ਦੀਆਂ ਨਿਸ਼ਾਨੀਆਂ ਨੇ। ਜੇ ਤੋਂ ਬਚਣਾ ਹਿੰਦੁਸਤਾਨ ਨੀ ਹੈਗਾ ਇਹ ਭਾਰਤ ਆ, ਇੰਡੀਆ ਕੋ, ਇਹਨੂੰ ਭਾਰਤ ਕੋ ਹਿੰਦੁਸਤਾਨ ਨਾ ਕਹੋ, ਇਹ ਹਿੰਦੁਸਤਾਨ ਨੀ ਹੈਗਾ। ਅਸੀਂ 80% ਤਨਖਾਹਾਂ ਸਾਡੀ ਸਰਕਾਰੀ ਮੁਲਾਜ਼ਮਾਂ ਨੂੰ ਤਨਖਾਹਾਂ ਜਾਂਦੀਆਂ, ਜੋ ਆਪਣੇ ਭਾਰਤ ਚੋਂ ਇਹਨਾਂ ਨੂੰ ਇਨਕਮ ਆਉਂਦੀ ਆ, 80% ਤਨਖਾਹਾਂ ਦਿੰਦੀਆਂ ਸਰਕਾਰਾਂ ਕਹਿੰਦੀਆਂ ਸੀ, ਤੇ 20% ਕੁੱਲ ਕਿਸਾਨਾਂ ਦੇ ਲਈ, ਦਲਿਤ ਭਰਾਵਾਂ ਦੇ ਲਈ 25% ਸਕੀਮਾਂ ਸੀਗੀਆਂ, ਜੋ ਉਹਨਾਂ ਨੂੰ 31,000 ਕਰੋੜ ਦਾ ਘਾਟਾ ਦਾਤਾ ਦਲਿਤ ਭਰਾਵਾਂ ਨੂੰ। ਦਲਿਤ ਭਰਾਵਾਂ ਦਾ ਹਰੇਕ ਆਪ ਮਾਰਿਆ ਗਿਆ, ਗਰੀਬ ਵਿਦਿਆਰਥੀਆਂ ਦੇ ਵਜ਼ੀਫੇ ਮਾਰੇ ਗਏ, ਗਰੀਬ ਬੰਦੇ ਦਾ ਹਰੇਕ ਹੱਕ ਮਾਰਿਆ ਗਿਆ। ਹੌਲੀ ਹੌਲੀ ਪੌੜੀ ਚੜ੍ਹਦੀ ਕਿਸਾਨਾਂ ਤੇ ਆ ਗਈ, ਹੁਣ ਵਾਰੀ ਕਿਸਾਨਾਂ ਦੀ ਆ ਗਈ। ਇਹਨਾਂ ਨੂੰ ਐ ਨੀ ਪਤਾ ਸੀ ਇਹ ਕਿਸਾਨ ਨੀ, ਇਹ ਕਿਸਾਨ ਉਹ ਨੇ ਜਿਨ੍ਹਾਂ ਨੇ ਦਿੱਲੀ ਲਾ ਦੇਣੀਆਂ ਲਲਕਾਰਾ ਮਾਰ ਕੇ, ਜਿਨ੍ਹਾਂ ਨੇ ਜਕਾਰੇ ਦੇ ਵਾਲ ਮਾਰੀ ਦਿੱਲੀ ਕੰਬਲ ਲਾ ਦੇਣੀਆਂ, ਇਹ ਕਿਸਾਨ ਉਹ ਨੇ। ਤੇ ਦਲਿਤ ਭਰਾਵਾਂ ਦੀਆਂ 25% ਸਕੀਮਾਂ ਖਤਮ ਕਰਤੀਆਂ, ਤੇ ਹੁਣ ਇੱਕ ਨਵੀਂ ਗੱਲ ਨਿਕਲ ਕੇ ਆ ਰਹੀ ਆ, ਜਿਹੜਾ ਮੋਦੀ ਆ ਉਹ ਇੰਡੀਆ ਆ ਗੰਦੇ ਦੇਸ਼ ਨੂੰ ਇੰਗਲੈਂਡ ਬਣਾਉਣਾ ਚਾਹੁੰਦਾ। ਉਹ ਇੰਗਲੈਂਡ ਦੇ ਬੰਦੇ ਦੀ ਇਨਕਮ ਦੇ ਨਾਲ ਸਾਬਿਤ ਕਰ ਰਿਹਾ ਕਿ ਸਾਡੀ ਇਨਕਮ ਇੰਨੀ ਆ, ਇੰਗਲੈਂਡ ਦੇ ਬਰੋਬਰ ਆ ਭਾਰਤ। ਉਹ ਮੋਦੀ ਆ ਮੂਰਖਾ, ਉਹ ਇੰਗਲੈਂਡ ਦੇ ਕਿਵੇਂ ਬਰੋਬਰ ਹੋਜੂ? ਇੱਥੇ ਮੀਂਹ ਆਉਂਦਾ ਨਾਲੀਆਂ ਚ ਪਾਣੀ ਖੜ ਜਾਂਦਾ, ਬੰਦਾ ਕਹਿੰਦਾ ਕਹਿੰਦਾ ਜਾਈਏ ਕਿਵੇਂ ਉੱਥੇ, ਕਹਿੰਦਾ ਐ ਹੋ ਜਾਂਦਾ। ਉਹ
ਵਧੀਆ ਮੈਨੂੰ ਦੱਸਦਾ ਸਹੀ ਉਹ ਯੂਪੀ ਚ ਜਾ ਕੇ ਦੇਖੋ ਕਿਸੇ ਨੂੰ ਕਹਿੰਦਾ ਕੱਪੜੇ ਨੀ ਸੀਗ ਹੁੰਦੇ ਪਾਉਣ ਦੇ ਲਈ ਠੰਡ ਚ ਇਹ ਹਾਲ ਨੇ ਯੂਪੀ ਚ ਓਏ ਇੰਗਲੈਂਡ ਕਿਵੇਂ ਬਾਜੂ ਯੂਪੀ ਦੇ ਵਿੱਚ ਇਹਨੇ 12 ਘੰਟੇ ਲੇਬਰ ਨੂੰ ਕੰਮ ਕਰਨ ਲਾਤਾ ਇਹ ਹੁਣ ਇਹਨੇ ਪੰਜਾਬ ਚ ਵੀ ਲਿਆਉਣਾ ਇਹ ਮੋਦੀ ਨੇ ਹੱਥ ਬਹੁਤ ਚੱਕੀ ਹੋਈ ਆ ਜਦੋਂ ਤੇਲ ਦੀਆਂ ਕੀਮਤਾਂ ਚ ਆਪਾਂ ਕਹਿੰਦੇ ਮੈਂ 2.5 ਰੁਪਏ ਵਾਧਾ ਹੋ ਗਿਆ 2 ਰੁਪਏ 30 ਪੈਸਾ ਵਾਧਾ ਹੋਇਆ ਦੋ ਕੁ ਮਿੰਟ ਹੋਰ ਲਾਉਂਗੀ ਬਸ ਫਿਰ ਪੈਟਰੋਲ ਚ ਵਾਧਾ ਹੁੰਦਾ 2 ਰੁਪਏ 50 ਪੈਸੇ ਜਦੋਂ ਡੀਜ਼ਲ ਚ ਵਾਧਾ ਹੁੰਦਾ ਆਪਾਂ ਕਹਿੰਦੇ ਕੋਈ ਨਾ 2 ਰੁਪਇਆ ਆਪਾਂ ਨੂੰ ਕਿੰਨਾ ਕੁ ਫਰਕ ਪੈਣਾ ਓਏ ਗੱਲ ਸੁਣ ਲੋ ਮਿੱਤਰੋ ਜਦੋਂ ਇੰਨਾ ਕੁ ਫਰਕ ਪੈਂਦਾ 2-3 ਰੁਪਏ ਦਾ ਸਰਕਾਰ ਨੂੰ 28,000 ਕਰੋੜ ਦਾ ਮੁਨਾਫਾ ਹੋ ਜਾਂਦਾ ਆਪਾਂ ਕਹਿੰਦੇ ਨੇ ਇੰਨਾ ਕੁ ਪੈਟਰੋਲ ਵੱਧ ਗਿਆ ਆਪਾਂ ਕੀ ਲੈਣਾ ਸਰਕਾਰ ਨੂੰ 28,000 ਕਰੋੜ ਦਾ ਫਾਇਦਾ ਹੁੰਦਾ ਇੰਨਾ ਕੁ ਰੇਟ ਵਧਾ ਕੇ ਤੇਲ ਦਾ ਤੇ ਮੈਂ ਇੱਕ ਬੇਨਤੀ ਕਰਦਾ ਇੱਥੋਂ ਕਿ ਨੌਜਵਾਨਾਂ ਦੇ ਤੱਕ ਮੈਸੇਜ ਪਹੁੰਚਾਉਣ ਦਾ ਇੱਕ ਹਿੱਲਾ ਹੋਰ ਆ ਨੌਜਵਾਨ ਸਭ ਤੋਂ ਵੱਧ ਜਿੰਮਾਂ ਚ ਜਾਂਦੇ ਨੇ ਨੌਜਵਾਨ ਜਾਂਦਾ ਖੇਡਣ ਜਾਂਦਾ ਨੌਜਵਾਨ ਜਾਂਦਾ ਟਿਊਸ਼ਨਾਂ ਪੜ੍ਹਦੇ ਆਪਾਂ ਉਹਨਾਂ ਦੇ ਕੋਲ ਜਾਈਏ ਆਪਾਂ ਉਹਨਾਂ ਨੂੰ ਸਮਝਾਈਏ ਆਪਾਂ ਉਹਨਾਂ ਦੇ ਨਾਲ ਗੱਲ ਕਰਕੇ ਉੱਥੇ ਉਹਨਾਂ ਦੇ ਨਾਲ ਮੀਟਿੰਗਾਂ ਕਰੀਏ ਨੌਜਵਾਨਾਂ ਨੂੰ ਦੱਸੀਏ ਨੌਜਵਾਨਾਂ ਨੂੰ ਪਤਾ ਹੀ ਨਹੀਂ ਅੱਖ ਕੀ ਆ ਮੈਨੂੰ ਇੱਥੇ ਆਉਣ ਤੋਂ ਪਹਿਲਾਂ ਮੈਨੂੰ ਵੀ ਨਹੀਂ ਪਤਾ ਸੀ ਮੈਂ ਕਿਉਂ ਝੂਠ ਬੋਲਾਂ ਮੈਂ ਕੋਈ ਬਾਲਾ ਦੁੱਧ ਦਾ ਤੋਤਾ ਨਹੀਂ ਹੈਗਾ ਜਦੋਂ ਮੈਂ ਇੱਥੇ ਆਇਆ ਮੈਨੂੰ ਕਿਹੜਾ ਪਤਾ ਸੀ ਇਹ ਹੱਕ ਨੇ ਕਿ ਇਹ ਕਿਸਾਨਾਂ ਬਾਰੇ ਮੇਰੇ ਤੋਂ ਤਾਂ ਬਹੁਤ ਵੱਡੇ ਵੱਡੇ ਬੈਠੇ ਆ ਜਦੋਂ ਆ ਬੰਦਾ ਇਸ ਲੈਣ ਵਿੱਚ ਆਉਂਦਾ ਇਸ ਵੱਲ ਤੁਰਦਾ ਫੇਰ ਉਹਨੂੰ ਪਤਾ ਲੱਗਦਾ ਇਹ ਮਹੀਨੇ ਚ ਨਵੰਬਰ ਦਾ ਮਹੀਨਾ ਅਜੇ ਰਾਜ ਬਾਪੂ ਜੀ ਬੈਠੇ ਨੇ 31 ਅਕਤੂਬਰ ਤੋਂ ਬਾਅਦ ਇਹ ਨਵੰਬਰ ਦੇ ਮਹੀਨੇ ਚ ਕੀ ਹੋਇਆ ਸੀ ਪਹਿਲਾਂ ਉਹ ਬਾਪੂ ਜੀ ਦੱਸ ਕੇ ਗਏ ਨੇ ਇੰਨਾ ਅਤਿਆਚਾਰ ਇਸ ਪੰਜਾਬ ਨੇ ਸਿਆਣਾ ਇਹ ਨਵੰਬਰ ਦੇ ਮਹੀਨੇ ਵਿੱਚ ਕਈ ਲੋਕ ਪੰਜਾਬ ਡੇ ਮਨਾਉਂਦੇ ਹੁੰਦੇ ਆ ਨਵੰਬਰ ਦੇ ਮਹੀਨੇ ਚ ਇਹ ਪੰਜਾਬ ਡੇ ਨੀ ਕਹਿੰਦਾ ਪੁੱਛ ਕੇ ਦੇਖੀ ਨਵੰਬਰ ਦੇ ਮਹੀਨੇ ਚ ਦਿੱਲੀ ਚ ਹਾਲ ਕੀ ਕਰਤਾ ਸੀ ਸਿੱਖਾਂ ਦਾ ਇਹ ਹਾਲ ਕੀ ਕਰਤਾ ਸੀ ਸਿੱਖਾਂ ਦਾ ਤੇ ਇੱਕ ਗੱਲ ਹੋਰ ਮੋਦੀ ਗੱਲਾਂ ਕਰਦਾ ਇੰਗਲੈਂਡ ਬਣਾਉਣ ਦੀਆਂ 45 ਸਾਲਾਂ ਦਾ ਰਿਕਾਰਡ ਟੁੱਟ ਗਿਆ ਬੇਰੁਜ਼ਗਾਰੀ ਦਾ ਪੰਜਾਬ ਦੇ ਵਿੱਚ ਇਸ ਗੰਦੇ ਦੇਸ਼ ਦੇ ਵਿੱਚ 45 ਸਾਲਾਂ ਦਾ ਰਿਕਾਰਡ ਟੁੱਟ ਗਿਆ 45 ਸਾਲਾਂ ਦਾ ਰਿਕਾਰਡ ਟੁੱਟਣ ਦਾ ਮਤਲਬ 45 ਸਾਲਾਂ ਬਾਅਦ ਫੇਰ ਬੇਰੁਜ਼ਗਾਰੀ ਸਭ ਤੋਂ ਜ਼ਿਆਦਾ ਹੋ ਗਈ ਆ ਭਾਰਤ ਗੰਦੇ ਦੇਸ਼ ਦੇ ਵਿੱਚ ਇਹ ਮੋਦੀ ਦੀਆਂ ਨੀਤੀਆਂ ਬਹੁਤ ਗੰਦੀਆਂ ਨੇ ਇਹਦਾ ਕੋਈ ਧਰਮ ਹਿੰਦੂ ਨੀ ਇਹ ਆਰਐਸ ਨੀ ਇਹ ਸ਼ੈਤਾਨ ਆ ਸ਼ੈਤਾਨ ਇਹ ਦੁਨੀਆਂ ਦੇ ਸ਼ੈਤਾਨ ਬਣ ਕੇ ਰਾਜ ਕਰਨਾ ਚਾਹੁੰਦਾ ਪਹਿਲਾਂ ਕਈ ਬੁਲਾਰੇ ਬੋਲੇ ਸੀ ਕਿ 10 ਸਾਲ ਤੋਂ 15 ਸਾਲ ਕਰ ਦੂ ਇਹ ਧਰਤੀ ਇਹਦੀ ਮਾਂ ਦੀ ਨੀ ਇਹ ਧਰਤੀ ਇਹਦੇ ਬਾਪ ਦੀ ਨੀ ਕਿ 10 ਸਾਲ ਤੋਂ 15 ਸਾਲ ਇਹ ਪੀਐਮ ਬਣ ਕੇ ਰਾਜ ਕਰ ਦੂ ਇਹਦੇ ਚ ਇੰਨੀ ਜ਼ਰੂਰਤ ਨੀ 2022 ਚ ਜਿਹੜੀਆਂ ਵੋਟਾਂ ਆਪਾਂ ਕਿਸੇ ਪਾਰਟੀ ਨੂੰ ਵੋਟ ਨੀ ਜਿਤਾਉਣੀ ਕਿਸੇ ਪਾਰਟੀ ਨੂੰ ਵੋਟ ਨੀ ਜਿਤਾਉਣੀ ਆਪਾਂ ਗੱਲਾਂ ਕਰਦੇ ਹਾਂ ਕਿ ਹਰੀਆਂ ਪੱਗਾਂ ਲੈ ਕੇ ਆਪਾਂ ਪਾਰਲੀਮੈਂਟ ਚ ਚਲੇ ਜਾਂਗੇ ਨਾ ਇੱਕ ਗੱਲ ਹੋਰ ਦੱਸਦਾ ਮੈਂ ਜਦੋਂ ਗੱਡੀ ਦਿੱਲੀ ਚ ਐਂਟਰ ਹੋ ਜਾਂਦੀ ਆ ਉਦੋਂ ਬੰਦੇ ਦੀ ਨੀਅਤ ਬਦਲ ਜਾਂਦੀ ਆ ਜਦੋਂ ਗੱਡੀ ਦਿੱਲੀ ਚ ਐਂਟਰ ਹੋ ਜਾਂਦੀ ਆ ਉਦੋਂ ਨੀਅਤ ਬਦਲ ਜਾਂਦੀ ਆ ਕਹਿੰਦਾ ਗਰੀਬ ਆਪਾਂ MLA ਚੁਣ ਕੇ ਭੇਜਦੇ ਹਾਂ MP ਚੁਣ ਕੇ ਭੇਜਦੇ ਹਾਂ ਜਦੋਂ ਉੱਥੇ ਵੜ ਜਾਂਦਾ ਉਹ ਤੁਹਾਨੂੰ ਕੀ ਪਤਾ ਕਿੰਨੇ ਪੈਸੇ ਸਿੱਟਣੇ ਉਹਨਾਂ ਨੇ ਅੱਗੇ ਆਪਾਂ 10 ਰੁਪਏ ਚਲਾਉਣੇ ਆ ਉਹ 1,00,000 ਚਲਾਉਂਦੇ ਨੇ ਆਪਾਂ 1,00,000 ਚਲਾਉਣੇ ਆ ਜਿਵੇਂ ਉਹ ਕਰੋੜ ਚਲਾਉਂਦੇ ਨੇ ਆਏ ਨੇ ਨੀਤੀਆਂ ਬਦਲਦੀਆਂ ਆਏ ਨਾ ਸਮਝੋ ਕਿ ਇੱਥੋਂ ਹੀ ਬਣੇ ਬਣਾਏ ਜਾਂਦੇ ਆ ਲੀਡਰ ਇਹ ਤਾਂ ਦਿੱਲੀ ਬਦਲ ਦਿੰਦੀ ਆ ਆਪਾਂ ਵੀ ਮੂਰਖ ਆ ਆਪਾਂ ਪਹਿਲਾਂ ਨੀ ਸੋਚਿਆ ਦਿੱਲੀ ਹੁੰਦੀ ਕੌਣ ਆ ਆਪਣੇ ਫਸਲਾਂ ਦਾ ਹੱਕ ਤੈਅ ਕਰਨ ਵਾਲੀ ਦਿੱਲੀ ਹੁੰਦੀ ਕੌਣ ਆ ਆਪਾਂ ਨੂੰ ਆ ਫਸਲਾਂ ਦਾ ਭਾਅ ਦੱਸਣ ਵਾਲੀ ਦਿੱਲੀ ਹੁੰਦੀ ਕੌਣ ਆ ਆਪਾਂ ਨੂੰ ਡੇਟਾ ਦੇਣ ਵਾਲੀ ਕਿ 3 ਤਰੀਕ ਨੂੰ ਫਸਲ ਲਾਓ 3 ਤਰੀਕ ਨੂੰ ਫਸਲ ਲਾਓ ਆਪਾਂ ਪਹਿਲਾਂ ਨੀ ਬੋਲਿਆ ਆਪਾਂ ਪਹਿਲਾਂ ਨੀ ਜਾਗਰੂਕ ਹੋਏ ਆਪਾਂ ਦਿੱਲੀ ਤੋਂ ਕੋਈ ਉਮੀਦ ਨਹੀਂ ਰੱਖਣੀ ਆਪਣੀਆਂ ਫਸਲਾਂ ਆਪਾਂ ਖੂਨ ਪਸੀਨੇ ਦੀ ਮਿਹਨਤ ਕਰਕੇ ਉਗਾਉਣੇ ਆ ਇਹਨਾਂ ਦੇ ਰੁਪਏ ਵੀ ਇਹਨਾਂ ਦੀਆਂ ਤਨਖਾਹਾਂ ਵੀ ਆਪਾਂ ਤੈਅ ਕਰਾਂਗੇ ਇਹ ਰੇਟ ਵੀ ਫਸਲਾਂ ਦੇ ਆਪਾਂ ਤੈਅ ਕਰਾਂਗੇ ਦਿੱਲੀ ਦੁੱਲੀ ਤੋਂ ਆਪਾਂ ਹੁਣ ਕੱਖ ਦੀ ਉਮੀਦ ਨਹੀਂ ਰੱਖਣੀ ਕਿਉਂਕਿ ਦਿੱਲੀ ਹਮੇਸ਼ਾ ਹੀ ਆਪਣੇ ਲਈ ਮਾੜੀ ਰਹੀ ਆ ਹੁਣ ਆਪਾਂ ਗੱਲ ਕਰਦੇ ਹਾਂ 26 ਤੇ 27 ਤਰੀਕ ਨੂੰ ਦਿੱਲੀ ਜਾਵਾਂਗੇ ਤੇ ਨੌਜਵਾਨੋ ਹੁੰਬ ਹਵਾ ਕੇ ਪਹੁੰਚੋ ਹੁਣ ਘਰਾਂ ਦੇ ਵਿੱਚ ਕੋਈ ਰਹਿਣਾ ਨੀ ਜੇ ਜਾਗਦੀ ਆ ਜ਼ਮੀਨ ਦਿੱਲੀ 26-27 ਨੂੰ ਕਹਿੰਦਾ ਰਿਕਾਰਡ ਟੁੱਟਣਗੇ ਰਿਕਾਰਡ ਜੁੜਨਗੇ ਨਵੇਂ ਰਿਕਾਰਡ ਬਣਾਵਾਂਗੇ 26-27 ਤਰੀਕ ਨੂੰ ਇੰਨਾ ਕੁ ਇਹਨੇ ਕੱਖ ਨੀ ਕਰਕੇ ਦਿਖਾਇਆ ਆਉਣਾ ਜਿੰਨਾ ਆਪਾਂ 26-27 ਨੂੰ ਦਿੱਲੀ ਕਰ ਦਾਂਗੇ ਸ੍ਰੀ ਅਕਾਲ।